ਸਰ ਮੈਂ ਪ੍ਰੋਫੈਸਰ ਗੁਰਪ੍ਰੀਤ ਗੌਰਮੈਂਟ ਕਾਲਜ ਢੁੱਡੀ ਦੇ। ਸਰ ਜੋ ਸਰਕਾਰ ਨੇ ਨਵੀਂ ਭਰਤੀ ਲਈ ਜੋ ਦੇਰ ਰਾਤ ਕੱਲ ਚਿੱਠੀਆਂ ਭੇਜੀਆਂ ਬਿਲਕੁਲ ਸ਼ਾਮ ਨੂੰ, ਉਹਨਾਂ ਨੇ ਉਹਨਾਂ ਦੀ ਜੁਆਇਨਿੰਗ ਜਿਹੜੀ ਲਿਸਟ ਭੇਜੀ ਉਹਦੇ ਪਿੱਛੇ ਇਹ ਲਿਖ ਦਿੱਤਾ ਗਿਆ ਕਿ ਇਹਨਾਂ ਨੂੰ ਖਾਲੀ ਅਤੇ ਗੈਸਟ ਫੈਕਲਟੀ ਦੀਆਂ ਜਿਹੜੀਆਂ ਪੋਸਟਾਂ ਉਹਨਾਂ ਨੂੰ ਖਾਲੀ ਮੰਨ ਕੇ ਇਹਨਾਂ ਤੇ ਜੁਆਇਨ ਕਰਾਇਆ ਜਾਵੇ। ਜਦਕਿ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੀ ਹਾਂ, ਅਸੀਂ ਸਾਨੂੰ ਇੰਨੇ ਇੰਨੇ ਸਾਲ ਹੋ ਗਏ ਇਹਨਾਂ ਕਾਲਜਾਂ ਚ, ਸਾਡੇ ਕਾਲਜ ਖੰਡਰ ਬਣ ਜਾਣੇ ਸੀ ਜੇ ਅਸੀਂ ਆਪਣੀਆਂ ਜਵਾਨੀਆਂ ਇਹਨਾਂ ਕਾਲਜਾਂ ਨੂੰ ਨਾ ਦਿੰਦੇ। ਇਹ ਸਾਡੀ ਅਪੀਲ ਆ ਸਰਕਾਰ ਨੂੰ ਕਿ ਸਾਡਾ ਇੰਨਾ ਇੰਨਾ ਸਮਾਂ ਦਿੱਤਾ ਹੋਇਆ, ਸਾਡੀਆਂ ਜਵਾਨੀਆਂ ਅਸੀਂ ਰੋਲਤੀਆਂ ਤੁਹਾਡੇ ਕਾਲਜਾਂ ਲਈ ਬਚਾਉਣ ਵਾਸਤੇ ਤੁਹਾਡੇ ਸਰਕਾਰੀ ਕਾਲਜ, ਸਾਨੂੰ ਵੀ ਸਖ਼ਤ ਦਿੱਤਾ ਜਾਵੇ, ਸਾਡੀ ਸੇਫਟੀ ਸਾਨੂੰ ਦਿੱਤੀ ਜਾਵੇ। ਜਿਹੜੀਆਂ ਪੋਸਟਾਂ ਤੇ ਤੁਸੀਂ ਜੁਆਇਨ ਕਰਾ ਰਹੇ ਹੋ ਬੰਦਿਆਂ ਨੂੰ, ਉਹਨਾਂ ਨੂੰ ਤੁਸੀਂ ਖਾਲੀ ਪੋਸਟਾਂ ਤੇ ਜੁਆਇਨ ਕਰਾਉਣਾ ਸੀ, ਸਾਡਾ ਹੱਕ ਨਾ ਮਰਿਆ ਜਾਵੇ। ਮੇਰਾ ਨਾਮ ਡਾਕਟਰ ਗੁਲਸ਼ਨਦੀਪ ਹੈ ਜੀ। ਮੈਂ ਜਿਹੜਾ ਇੱਥੇ ਅੱਜ ਸਾਨੂੰ ਇਕੱਠੇ ਹੋਣ ਦਾ ਸਾਡਾ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਸਰਕਾਰ ਨੇ ਜਿਹੜੀਆਂ ਪਿੱਛੇ 2021 ਵਿੱਚ ਆਈਆਂ ਭਰਤੀਆਂ ਸੀਗੀਆਂ, ਕੱਲ ਰਾਤ ਲੇਟ ਆਫਟਰ 2 o'clock ਰਾਤ ਨੂੰ ਮਿਡ ਨਾਈਟ ਦੇ ਵਿੱਚ ਜਿਹੜੀ ਹੈਗੀ ਹੈ ਉਹਨਾਂ ਦੀ ਵੱਖਰੇ ਵੱਖਰੇ ਸਰਕਾਰੀ ਕਾਲਜਾਂ ਦੇ ਵਿੱਚ ਜੁਆਇਨਿੰਗ ਕਰਵਾ ਦਿੱਤੀ। ਸਾਨੂੰ ਇਹ ਪਤਾ ਸੀ ਕਿ ਮਾਨਯੋਗ ਹਾਈ ਕੋਰਟ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ, ਪਰ ਇੱਕ ਅਪੀਲ ਜਿਹੜਾ ਦਾਇਰ ਕਰਨ ਦਾ ਇੱਕ ਵਕਤ ਹੁੰਦਾ ਹੈ ਉਹ ਵੀ ਨਾ ਦੇ ਕੇ ਜਿਹੜਾ ਹੈਗਾ ਬਹੁਤ ਜਲਦਬਾਜ਼ੀ ਦੇ ਵਿੱਚ ਜਿਹੜੀ ਇਹਨਾਂ ਦੀ ਜੁਆਇਨਿੰਗ ਜਿਹੜੀ ਕਾਲਜਿਸ ਦੇ ਵਿੱਚ ਕਰਵਾਈ ਗਈ ਹੈ। ਜੁਆਇਨਿੰਗ 11-58 ਉਹਨਾਂ ਦਾ ਅਧਿਕਾਰ ਹੈ, ਉਹਨਾਂ ਨੇ ਕੇਸ ਜਿੱਤਿਆ ਹੈ ਉਹ ਕਰਨਗੇ, ਪਰ ਸਾਡਾ ਜਿਹੜਾ ਸਰਕਾਰ ਤੋਂ ਸਵਾਲ ਇਹ ਹੈ ਕਿ ਉਹਨਾਂ ਨੇ ਸਾਡੇ ਇੰਨੇ ਸਾਲਾਂ ਦੇ ਕੰਮ ਦੀ ਕੀ ਕਦਰ ਜਾਣੀ। ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਕਾਲਜਾਂ ਦਾ ਉਹ ਵੇਲਾ ਸੰਭਾਲਿਆ ਜਦੋਂ ਕਾਲਜਾਂ ਦੇ ਵਿੱਚ ਕੇਵਲ 1 ਮਹੀਨੇ ਦਾ 4500 ਰੁਪਇਆ ਦਿੱਤਾ ਜਾਂਦਾ ਸੀ, ਠੀਕ ਹੈ, ਉਹ ਮਾੜਾ ਵਕਤ ਸੀ। ਹੌਲੀ ਹੌਲੀ ਸਾਡੀ ਸਿਚੁਏਸ਼ਨ ਜਿਹੜੀ ਹੈਗੀ ਉਹਨਾਂ ਬੈਟਰ ਹੋਈ, ਪਰ ਸਾਨੂੰ ਬਿਲਕੁਲ ਜਿਹੜਾ ਹੈਗਾ ਸਪੇਸ ਕੋਰਟ ਦੇ ਵਾਂਗੂ ਯੂਜ਼ ਕੀਤਾ ਗਿਆ। ਜਦੋਂ ਇੰਨੇ ਸਾਲ ਕੰਮ ਕਰਨ ਤੋਂ ਬਾਅਦ ਇੱਕ ਸਾਡੇ ਲਈ ਸ਼ਬਦ ਵਰਤਿਆ ਜਾਂਦਾ ਗੈਸਟ ਫੈਕਲਟੀ, ਗੈਸਟ ਫੈਕਲਟੀ ਦਾ ਅਸਲ ਮਤਲਬ ਹੁੰਦਾ ਜੋ ਥੋੜੇ ਚਿਰ ਲਈ ਕੰਮ ਕਰਦੇ ਆ, ਪਰ ਅਸੀਂ ਲਗਾਤਾਰ 12 ਮਹੀਨੇ ਕੰਮ ਕਰਦੇ ਹਾਂ, ਕੇਵਲ ਕਲਾਸਾਂ ਪੜ੍ਹਾਉਣ ਤੋਂ ਬਿਨਾਂ ਵੀ ਸਾਰੇ ਕੰਮ ਕਰਦੇ ਹਾਂ। ਤੇ ਅੱਜ ਉਹਨਾਂ ਕੋਲੇ ਸਾਡੇ ਲਈ ਇੱਕ ਪਾਲਿਸੀ ਵੀ ਨਹੀਂ ਸੀ, ਜੇ ਉਹ ਇੱਕ ਪਾਲਿਸੀ ਕ੍ਰੀਏਟ ਕਰ ਲੈਂਦੇ ਕਿ ਮੌਜੂਦਾ ਜਿਹੜੇ ਗੈਸਟ ਫੈਕਲਟੀ ਲੈਕਚਰਰ ਕੰਮ ਕਰ ਰਹੇ ਨੇ ਵੱਖਰੇ ਵੱਖਰੇ ਕਾਲਜਾਂ ਦੇ ਵਿੱਚ, ਇਹਨਾਂ ਦੇ ਆਉਣ ਨਾਲ ਇਹਨਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਏਗਾ ਤੇ ਇਹ ਆਪਣੀ ਆਪਣੀ ਸੀਟ ਦੇ ਉੱਤੇ ਸੈੱਟ ਹੋ ਜਾਣਗੇ। ਅਗਰ ਜੇ ਮਤਲਬ ਪੁੱਛਿਆ ਜੀ ਕਰਨਾ ਹੈ ਕਿ ਤੁਹਾਡੇ ਜੇ ਕੋਈ ਮੰਦਾਂ ਦੇ ਕੋਈ ਨਹੀਂ ਕੁਝ ਨਵਾਈ ਤਾਂ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੋਊ? ਅਸੀਂ ਦੇਖੋ ਕਾਲਜਿਸ ਦੇ ਵਿੱਚ ਜਿਹੜਾ ਹੈਗਾ ਆਪਣਾ ਸੰਘਰਸ਼ ਤੇਜ਼ ਕਰਾਂਗੇ। ਅਸੀਂ ਜਿਹੜੇ ਸਿੱਖਿਆ ਮੰਤਰੀ ਹੈਗੇ ਆ ਉਹਨਾਂ ਕੋਲ ਵੀ, ਕਿਉਂਕਿ ਸਾਨੂੰ ਲੱਗਦਾ ਸੀ ਕਿ ਉਹ ਸਾਡੇ ਸਿੱਖਿਆ ਮੰਤਰੀ ਹੈ ਤੇ ਉਹਨਾਂ ਨੂੰ ਸਾਡੀ ਸਿਚੁਏਸ਼ਨ ਪਤਾ ਹੋਣਗੀਆਂ, ਪਰ ਮੈਨੂੰ ਇਹ ਲੱਗਦਾ ਹੈਗਾ ਕਿ ਸਾਡੇ ਸਿੱਖਿਆ ਮੰਤਰੀ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਹੈਗਾ, ਉਹਨਾਂ ਨੂੰ ਸਾਡੇ ਨਾਲ ਕੋਈ ਕੰਪੈਸ਼ਨ ਨਹੀਂ ਹੈਗਾ। ਅਸੀਂ ਉੱਥੇ ਪੂਰ ਜ਼ੋਰ ਜਿਹੜਾ ਹੈ ਐਜੀਟੇਸ਼ਨ ਕਰਾਂਗੇ ਤੇ ਉਹਨਾਂ ਕੋਲੇ ਆਪਣਾ ਪੁਆਇੰਟ ਰੱਖਾਂਗੇ। ਹੋਰ ਜਿਹੜੇ ਪਿੰਡ ਸੰਧਵਾਲ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਕੀ ਕਾਰਨ? ਸੀ ਜੀ, ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਵੱਲੋਂ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਾਥੀਆਂ, ਅਸੀਂ ਸਾਰੇ ਇਕੱਠੇ ਹੋਏ ਹਾਂ ਜਿਸ ਗੱਲ ਤੇ ਵੀ ਪੰਜਾਬ ਦੀ ਆਪ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਤੁਹਾਡੀਆਂ ਨੌਕਰੀਆਂ ਨੂੰ ਨਿਯਮਤ ਕਰਾਂਗੇ, ਪਰ ਕਾਂਗਰਸ ਸਰਕਾਰ ਨੇ 1091 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕੀਤੀ ਸੀਗੀ ਜਿਹਨੂੰ ਹਾਈ ਕੋਰਟ ਨੇ ਮਤਲਬ ਕਿ ਰੱਦ ਕਰਤਾ ਸੀਗਾ, ਤਾਂ ਸਰਕਾਰ ਨੇ ਆਪ ਉਹਦੇ ਹੱਕ ਦੇ ਵਿੱਚ LPA ਪਾਈ, ਡਬਲ ਬੈਂਚ ਨੇ ਉਹਨਾਂ ਨੂੰ ਹਰੀ ਝੰਡੀ ਦਿੱਤੀ ਤੇ ਉਹਨਾਂ ਲੋਕਾਂ ਨੂੰ ਮਤਲਬ ਕਿ ਜੁਆਇਨ ਕਰਾਇਆ ਜਾ ਰਿਹਾ ਹੈ। ਸਾਡੀ ਮੰਗ ਇਹ ਹੈ ਵੀ ਅਸੀਂ ਜੇ ਉਹ ਲੋਕ ਜੁਆਇਨ ਕਰਦੇ ਆ ਉਹਨਾਂ ਨੂੰ ਵੀ ਨੌਕਰੀਆਂ ਦੀ ਲੋੜ ਹੈ, ਸਾਨੂੰ ਵੀ ਨੌਕਰੀਆਂ ਦੀ ਲੋੜ ਹੈ। ਅਸੀਂ ਵੀ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ ਨੂੰ ਸਾਂਭਿਆ ਚਲਾਇਆ, ਵਿਦਿਆਰਥੀ ਨੂੰ ਪੜ੍ਹਾਇਆ ਗਿਆ, ਅਸੀਂ ਉਹਨਾਂ ਦੀ ਨੌਕਰੀਆਂ ਦਾ ਵਿਰੋਧ ਨਹੀਂ ਕਰ ਰਹੇ। ਅਸੀਂ ਪੰਜਾਬ ਦੇ ਮੁੱਖ ਮੰਤਰੀ ਜਾਂ ਉਚੇਰੀ ਸਿੱਖਿਆ ਮੰਤਰੀ ਤੋਂ ਇਹ ਮੰਗ ਕਰਦੇ ਹਾਂ ਕਿ
ਸਾਡੀ ਜਿਹੜੀਆਂ 843 ਜਿਹੜੇ ਸਾਡੇ ਗੈਸਟ ਬਿਲਟੀ ਸਹਾਇਕ ਪ੍ਰੋਫੈਸਰ ਸਾਥੀ ਨੇ ਉਹਨਾਂ ਦੀ ਨੌਕਰੀ ਨਾਲ ਸਾਡਾ ਕੋਈ ਵੀ ਬੰਦਾ ਇਫੈਕਟਡ ਨਾ ਹੋਵੇ, ਕਿਸੇ ਦੀ ਨੌਕਰੀ ਜਾਵੇ ਨਾ, ਸਾਰਿਆਂ ਦੇ ਲਈ ਕੋਈ ਨਾ ਕੋਈ ਇੱਕ ਇਹੋ ਜਿਹੀ ਪਾਲਿਸੀ ਬਣਾ ਕੇ ਸਾਡੀਆਂ ਸੇਵਾਵਾਂ ਨਿਯਮਤ ਕਰਕੇ ਸਾਨੂੰ ਸਰਕਾਰੀ ਕਾਲਜਾਂ ਦੇ ਵਿੱਚ ਬਹਾਲ ਕੀਤਾ ਜਾਵੇ, ਜਿਹੜੇ ਲੋਕ ਸਾਡੇ ਇਫੈਕਟਡ ਹੋ ਰਹੇ ਨੇਗੇ ਉਹਨਾਂ ਨੂੰ ਕੋਈ ਖਤਰਾ ਨਾ ਹੋਵੇ। ਇਸ ਮੰਗ ਨੂੰ ਲੈ ਕੇ ਅਸੀਂ ਅੱਜ ਇਸ ਸਪੀਕਰ ਸਾਹਿਬ ਦੇ ਘਰ ਦੇ ਦੁਆਰ ਬੈਠੇ ਹਾਂ ਅਤੇ ਅਸੀਂ ਇਹ ਮੰਗ ਕਰਦੇ ਹਾਂ ਸਪੀਕਰ ਸਾਹਿਬ ਤੋਂ ਵੀ, ਮੁੱਖ ਮੰਤਰੀ ਪੰਜਾਬ ਤੋਂ ਵੀ ਸਾਡੇ ਜਿਹੜੇ ਪਰਿਵਾਰ ਨੇ ਬੱਚੇ ਨੇਗੇ ਉਹ ਰੁਲ ਜਾਣਗੇ ਅਤੇ ਸਾਡਾ ਕਿਸੇ ਵੀ ਸਾਥੀ ਦੀ ਨੌਕਰੀ ਨੂੰ ਕੋਈ ਖਤਰਾ ਨਾ ਆਵੇ। ਅਤੇ ਅੱਜ ਸਾਰੀਆਂ ਜਥੇਬੰਦੀਆਂ ਸਾਡੀਆਂ ਇੱਕ ਫਰੰਟ 'ਤੇ ਇਕੱਠੀਆਂ ਹੋ ਚੁੱਕੀਆਂ ਨੇ, ਗੈਸਟੂਬਿਲਟੀ ਸੰਯੁਕਤ ਫਰੰਟ ਪੰਜਾਬ ਵੱਲੋਂ ਅਸੀਂ ਹਰ ਸੰਘਰਸ਼ ਲੜਾਈ ਲੜਨ ਲਈ ਤਿਆਰ ਹਾਂ। ਜੇ ਸਾਡੀ ਨੌਕਰੀ ਨੂੰ ਖਤਰਾ ਪੈਦਾ ਹੁੰਦਾ ਹੈ ਤਾਂ ਤਿੱਖਾ ਸੰਘਰਸ਼ ਕਰਾਂਗੇ। ਤੁਹਾਡੀ ਜਿਹੜੀ ਇਸ ਵੇਲੇ ਨੌਕਰੀ ਦੀ ਜਿਹੜੀ ਸਥਿਤੀ ਹੈ ਉਹ ਅਸਥਾਈ ਹੈ ਕਿ 27 ਤੋਂ? ਸਾਡੀ ਜਿਹੜੀ ਨੌਕਰੀ ਸਥਿਤੀ ਇਹ ਹੈ ਜੀ, ਅਸੀਂ ਤਾਂ ਲੰਬੇ ਸਮੇਂ ਤੋਂ ਕੰਮ ਕੀਤਾ ਇਹਨਾਂ ਸਰਕਾਰੀ ਕਾਲਜਾਂ ਦੇ ਵਿੱਚ, ਮਨਜ਼ੂਰਸ਼ੁਦਾ ਅਸਾਮੀਆਂ 'ਤੇ ਅਸੀਂ ਕੰਮ ਕਰ ਰਹੇ ਹਾਂ। ਹੁਣ ਸਾਡੀ ਜਿਹੜੀ ਕੱਲ੍ਹ ਇਹਨਾਂ ਨੇ ਆਰਡਰ ਕੀਤੇ ਨੇਗੇ ਸਹਾਇਕ ਪ੍ਰੋਫੈਸਰਾਂ ਨੂੰ ਨਵਿਆਂ ਨੂੰ, ਉਹਦੇ ਵਿੱਚ ਸਾਡੀ ਜਿਹੜੀ ਅਸਾਮੀ ਹੈ ਉਹਨਾਂ ਨੂੰ ਇਹਨਾਂ ਨੇ ਖਾਲੀ ਦਰਸਾਤਾ। ਜਦੋਂ ਮਤਲਬ ਕਿ ਇੱਕ ਗੈਸਟੂਬਿਲਟੀ ਸਾਥੀ ਉਸ ਅਸਾਮੀ 'ਤੇ ਇੰਨੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈਗਾ ਤਾਂ ਉਹਦੀ ਅਸਾਮੀ ਨੂੰ ਆਪਾਂ ਖਾਲੀ ਕਿਵੇਂ ਦਰਸਾ ਸਕਦੇ ਹਾਂ? ਤਾਂ ਜਦੋਂ ਖਾਲੀ ਅਸਾਮੀ ਦਰਸਾਤਾ ਤਾਂ ਜਦੋਂ ਕੋਈ ਨਵਾਂ ਬੰਦਾ ਸਟੇਸ਼ਨ ਲੈਣ ਜਾਂਦਾ ਹੈਗਾ ਉਹ ਅਸਾਮੀ ਉੱਥੇ ਖਾਲੀ ਹੁੰਦੀ ਹੈ, ਜਦੋਂ ਕਿ ਉੱਥੇ ਗੈਸਟੂਬਿਲਟੀ ਸਹਾਇਕ ਪ੍ਰੋਫੈਸਰ ਕੰਮ ਕਰ ਰਹੇ ਨੇ, ਤਾਂ ਸਾਡੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ। ਤੁਹਾਡਾ ਨਾਂ ਕੀ? ਮੇਰਾ ਨਾਂ ਹੈਗਾ ਜੀ ਡਾਕਟਰ ਰਵਿੰਦਰ ਸਿੰਘ ਮਾਨਸਾ।